ਏ ਜੀ ਕੈਨੇਡਾ ਦੇ ਮਿਨਿਸਟਰ ਹੈਗੇ ਆ ਜਿਹੜੇ ਬੰਦੇ ਬਾਹਰੋਂ ਆਉਂਦੇ ਆ ਜਾਂ ਅੰਦਰੋਂ ਬਾਹਰ ਜਾਣਾ ਚਾਹੁੰਦੇ ਆ ਕੈਨੇਡਾ ਤੋਂ ਉਹਨਾਂ ਦੀ ਦੇਖ ਰਹਿ ਕਰਦੇ ਆ ਹੱਥ ਧੋ ਕੇ ਪਿੱਛੇ ਪੈ ਗਏ ਜੀ ਪਿਛਲੇ ਕੁਝ ਦਿਨਾਂ ਦੀਆਂ ਆਪਾਂ ਇਹੀ ਖਬਰਾਂ ਕਰੀ ਜੰਨੇ ਆ ਜੀ ਇਹ ਕਹਿੰਦੇ ਇਹਨਾਂ ਬੰਦੇ ਨੂੰ ਨਹੀਂ ਆਉਣ ਦੇਣਾ ਉਹਨਾਂ ਬੰਦਿਆਂ ਦੀ ਕਟੌਤੀ ਕਰ ਦੇਣੀ ਆ ਹੁਣ ਫੇਰ ਨਵਾਂ ਕੁਝ ਲੈ ਆਏ ਵੀ ਕਹਿੰਦੇ ਅਗਲੇ ਸਾਲ ਜਿਹੜੇ ਬੰਦੇ ਆਉਣਗੇ ਹੋਰ ਘੱਟ ਕਰ ਦੇਣੇ ਘੱਟ ਕਰਦੇ 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 ਕਿਤੇ ਜਿਹੜੇ ਇੱਥੇ ਰਹਿੰਦੇ ਉਹਨਾਂ ਦੀ ਵਾਰੀ ਨਾ ਲਿਆ ਦੇਣੇ ਨਹੀਂ ਬ੍ਰਾਦਰ ਸਾਹਿਬ ਉਹਨਾਂ ਦੀ ਵਾਰੀ ਤਾਂ ਖੈਰ ਨਹੀਂ ਆਉਂਦੀ ਪਰ ਦਰਸ ਲਈ ਹੈ ਕਿ ਨੀਡ ਆਫ ਦਾ ਆਰ ਹੈਗੀ ਹੈ ਜੀ ਇਹ ਇੱਕ ਕਿਸਮ ਦਾ ਕਹ ਲੋ ਕਿ ਡੈਮੇਜ ਕੰਟਰੋਲ ਵੀ ਆ ਮਾਰਕ ਮਿਲਰ ਇਹਨਾਂ ਦਾ ਨਾਮ ਹੈਗਾ ਜੀ ਇਹ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਆ ਇਮੀਗ੍ਰੇਸ਼ਨ ਪ੍ਰੋਸੈਸ ਦੇ ਵਿੱਚ ਕਾਫੀ ਸਾਰੀਆਂ ਵੱਡੀਆਂ ਤਬਦੀਲੀਆਂ ਜਿਹੜੀਆਂ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਉਸੇ ਘੜੀ ਦੇ ਵਿੱਚ ਇਹਨਾਂ ਨੇ ਇੱਕ ਹੋਰ ਸਿਲਸਿਲਾ ਜੋੜਿਆ ਜੀ ਕੁਝ ਨਵੇਂ ਰੂਲਸ ਕੁਝ ਨਵੀਆਂ ਰੈਗੂਲੇਸ਼ਨਸ ਅਨਾਉਂਸ ਕਰ ਦਿੱਤੀਆਂ ਨੇ ਇਹਨਾਂ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਸਪੈਸ਼ਲੀ ਜਿਹੜੀਆਂ ਇਹ ਰੈਗੂਲੇਸ਼ਨਸ ਨਵੀਆਂ ਚੇਂਜ ਕੀਤੀਆਂ ਉਹਨਾਂ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਤੇ ਫੋਰਨਰ ਵਰਕਰਸ ਦੀਆਂ ਜਿਹੜੀਆਂ ਪਾਲਿਸੀਜ਼ ਹੈਗੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਚੇਂਜ ਕੀਤਾ ਜੀ ਮਾਰਕ ਮਿਲਰ ਹੋਰਾਂ ਨੇ ਜਿਹੜੇ ਕਿ ਇਥੋਂ ਦੇ ਇਮੀਗ੍ਰੇਸ਼ਨ ਅਤੇ ਅਸਾਈਲਮ ਦੇ ਨਾਲ ਰਿਲੇਟਡ ਮਿਨਿਸਟਰ ਹੈਗੇ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਹੁਲਾ ਨੇ ਬਰਾਡ ਸਬ 2025 ਦੇ ਜਿਹੜੇ ਸਟੱਡੀ ਪਰਮਿਟ ਹੈਗੇ ਆ ਉਹਨਾਂ ਦੇ ਵਿੱਚ ਇੱਕ ਹੋਰ ਮਹੱਤਵਪੂਰਨ ਤਬਦੀਲੀ ਕਰ ਦਿੱਤੀ ਐ ਇੱਕ ਮੋਸਟ ਇੰਪੋਰਟੈਂਟ ਚੇਂਜ ਕਰ ਦਿੱਤਾ ਇਹਨਾਂ ਨੇ ਜਿਹੜੇ ਸਟੱਡੀ ਪਰਮਿਟ ਹੈਗੇ ਐ ਇਹ 10% ਹੋਰ ਘਟਾ ਦਿੱਤੇ ਐ ਜੇ ਆਪਾਂ ਕੰਪੇਅਰ ਕਰੀਏ 2022 ਨਾਲੋਂ 2023 ਇਹਦੇ ਵਿੱਚ ਵੀ ਕਟੌਤੀ ਸੀ 23 ਤੋਂ 24 ਦੇ ਵਿੱਚ ਵੀ ਸੀਗੀ ਇਹ ਜਿਹੜੀ ਅਨਾਉਂਸਮੈਂਟ ਜਿਹਦਾ ਜ਼ਿਕਰ ਆਪਾਂ ਹੁਣ ਕਰ ਰਹੇ ਆ ਇਹ 2025 ਦੇ ਲਈ ਹੈ 2024 ਦਾ ਬਰੱਟਸਪ ਜਿਹੜਾ ਟਾਰਗੇਟ ਸੀਗਾ ਉਹ 485000 ਸਟੱਡੀ ਪਰਮਿਟ ਸੀਗੇ ਤੇ 2000 ਜਿਹੜਾ 25 ਦਾ ਹੈਗਾ 24 ਦਾ 485000 2025 ਦਾ ਹੈਗਾ ਜੀ 437000 ਮੋٹے ਤੌਰ ਤੇ ਆਲਮੋਸਟ 484000 ਐਪਲੀਕੇਸ਼ਨਾਂ ਜਿਹੜੀਆਂ ਉਹ ਹੋਰ ਘੱਟ ਐਕਸੈਪਟ ਕੀਤੀਆਂ ਜਾਣਗੀਆਂ ਇਹਦੇ ਨਾਲ ਹੀ ਪੋਸਟ ਗ੍ਰੈਜੂਏਸ਼ਨ ਜਿਹੜਾ ਵਰਕ ਪਰਮਿਟ ਆ ਜਿਹਨੂੰ ਪੀਜੀਡਬਲਯੂਪੀ ਕਿਹਾ ਜਾਂਦਾ ਹੈ ਇਹਦੇ ਵਿੱਚ ਵੀ ਕੁਝ ਚੇਂਜਸ ਇਹਨਾਂ ਨੇ ਕਰਨ ਦਾ ਐਲਾਨ ਕਰ ਦਿੱਤਾ ਹੈ ਇੱਕ ਹੈਗਾ ਜੀ ਸੀਐਲਬੀ ਟੈਸਟ ਹੁੰਦਾ ਲੈਂਗੁਏਜ ਟੈਸਟ ਹੁੰਦਾ ਹੈ ਗ੍ਰੈਜੂਏਟ ਲੋਕਾਂ ਨੂੰ ਇਹ ਟੈਸਟ ਦੇਣਾ ਪੈਂਦਾ ਹੈ ਵਰਕ ਪਰਮਿਟ ਦੇ ਲਈ ਪੋਸਟ ਗ੍ਰੈਜੂਏਸ਼ਨ ਦੇ ਲਈ ਜਿਨ੍ਹਾਂ ਨੇ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਵਰਕ ਪਰਮਿਟ ਲੈਣਾ ਹੈ ਉਹਨਾਂ ਦੇ ਲਈ ਇਹ ਟੈਸਟ ਬੜਾ ਜ਼ਰੂਰੀ ਹੁੰਦਾ ਹੈ ਉਹਦੇ ਵਿੱਚ ਬਰਟ ਸਾਬ ਸੀਐਲਬੀ 7 ਤੇ ਸੀਐਲਬੀ 5 ਕਰ ਦਿੰਦਾ ਹੈ ਸੀਐਲਬੀ 7 ਰੱਖਿਆ ਗਿਆ ਜੀ ਕੈਨੇਡੀਅਨ ਲੈਂਗੁਏਜ ਜਿਹੜਾ ਬੈਂਚਮਾਰਕ ਹੈ ਯੂਨੀਵਰਸਿਟੀ ਤੋਂ ਜਿਹੜੇ ਗ੍ਰੈਜੂਏਟ ਹੋਣਗੇ ਉਹਨਾਂ ਦੇ ਲਈ ਤੇ ਸੀਐਲਬੀ 5 ਰੱਖਿਆ ਗਿਆ ਜਿਹੜੇ ਕਾਲਜੇ ਗ੍ਰੈਜੂਏਟ ਹੋਣਗੇ ਸੋ ਇਹ ਵੀ ਕੰਪਲਸਰੀ ਕਰ ਦਿੰਦਾ ਇੱਕ ਇੱਕ ਲੈਵਲ ਦੋਹਾਂ ਦਾ ਅਪ ਕਰ ਦਿੰਦਾ ਹੈ ਇਸ ਦੇ ਨਾਲ ਹੀ 스ਪਾਉਸ ਵੀਜ਼ੇ ਦੇ ਉੱਤੇ ਹੋਰ ਜ਼ਿਆਦਾ ਸਖਤਾਈਆਂ ਇਹਨਾਂ ਨੇ ਕਰ ਦਿੱਤੀਆਂ ਹੈਗੀਆਂ ਜੇ ਕੋਈ ਇੰਟਰਨੈਸ਼ਨਲ ਸਟੂਡੈਂਟ ਜਾਂ ਫਿਰ ਜਿਹੜਾ ਫੋਰਨ ਵਰਕਰ ਆ ਆਪਣੇ ਆਪਣੀ ਕੰਟਰੀ ਦੇ ਵਿੱਚ ਬੈਕ ਹੋਮ ਬੈਠੇ ਆਪਣੇ ਜੀਵਨ ਸਾਥੀ ਨੂੰ ਆਪਣੇ ਸਪਾਊਸ ਨੂੰ ਬੁਲਾਉਣਾ ਚਾਹੁੰਦਾ ਹੈ ਵਰਕ ਪਰਮਿਟ ਤੇ ਤਾਂ ਵਰਕ ਪਰਮਿਟ ਦੇ ਉੱਤੇ ਨਹੀਂ ਉਹਨੂੰ ਬੁਲਾ ਸਕਦਾ ਹਾਲਾਂਕਿ ਇਹ ਕੋਸ਼ਕ ਜਿਹੜੀਆਂ ਚੀਜ਼ਾਂ ਸੀਗੀਆਂ ਉਹਦੇ ਵਿੱਚ ਸਪਾਊਸ ਵੀਜ਼ੇ ਤੇ ਆਲਰੇਡੀ ਚੂੜੀ ਕੱਸੀ ਹੋਈ ਹੈ ਤੇ ਹੁਣ ਇਹਨੂੰ ਹੋਰ ਕਲੀਅਰ ਕਰਦੇ ਹੋਇਆ ਸਟੱਡੀ ਵੀਜ਼ੇ ਦੇ ਉੱਤੇ ਤੇ ਜਿਹੜੇ ਵਰਕ ਪਰਮਿਟ ਦੇ ਉੱਤੇ ਹੈਗੇ ਆ ਹੋਰ ਵੱਡੇ ਲੈਵਲ ਤੇ ਉਹਨਾਂ ਦੇ ਸਪਾਊਸ ਦੇ ਲਈ ਜਿਹੜੀ ਹੈਗੀ ਆ ਬੈਨ ਦੀ ਗੱਲਬਾਤ ਜਿਹੜੀ ਇੱਕ ਵਾਰੀ ਫਿਰ ਤੋਂ ਉੱਠੀ ਹੈ ਜੀ ਜੀ ਬ੍ਰਾਦਰ ਸਾਹਿਬ ਦੇਖੋ ਜਿਹੜੀ ਆਪਾਂ ਸਪਾਊਸ ਵੀਜ਼ੇ ਦੀ ਗੱਲ ਕਰਦੇ ਆਂ ਬੜਾ ਵਧੀਆ ਟ੍ਰੈਂਡ ਜਾ ਚੱਲਿਆ ਸੀ ਵੈਸੇ ਪੰਜਾਬ ਦੇ ਵਿੱਚ ਪਹਿਲਾਂ ਜਿਹੜੀ ਕਹਾਵਤ 100-100 ਸਾਲ ਪਹਿਲਾਂ ਨਹੀਂ ਹੋ ਸਕੀ ਕਹਿੰਦੇ ਅਸੀ ਵੀ ਡੌਰੀ ਦਾਜ ਲੈਂਦੇ ਆ ਮੁੰਡੇ ਵਾਲੇ ਦਾਜ ਮੰਗਦੇ ਆ ਤੇ ਕੰਮ ਹੋ ਗਿਆ ਸੀ ਉਲਟਾ ਮੁੰਡੇ ਵਾਲੇ ਨੂੰ ਪੈਸੇ ਲਾਉਣੇ ਪੈਂਦੇ ਸੀ ਤੇ ਕੁੜੀ ਜੇਕਰ ਕਿਸੇ ਦੇ ਜਨਮ ਹੁੰਦਾ ਸੀ ਤਾਂ ਅਗਲਾ ਸੋਚਦਾ ਸੀਗਾ ਵੀ ਬਾਹਰ ਚੜਾ ਜਾਣਾ ਮੁੰਡਾ ਵੀ ਚਲੋ ਇੱਥੇ ਵਿਆਹ ਜਾ ਗੋਸ ਵਧੀਆ ਹੋ ਕੰਮ ਤਾਂ ਠੀਕ ਸੀਗਾ ਤੇ ਕਿਤੇ ਨਾ ਕਿਤੇ ਕੁਝ ਰਿਸ਼ਤੇ ਖਰਾਬ ਵੀ ਹੋਏ ਵਿੱਚੋਂ ਆਪਾਂ ਜੇ 30% ਕਹਿ ਦਈਏ ਤਾਂ ਹੋਏ ਵੀ ਆ ਪਰ 60% ਤਾਂ ਰਾਜੀ ਖੁਸ਼ੀ ਸ਼ਾਇਦ ਵਧੀਆ ਬਸਦੇ ਹੋਣੇ ਆ ਤੇ ਇਹ ਚੀਜ਼ ਦਾ ਤੁਹਾਨੂੰ ਕੀ ਲੱਗਦਾ ਵੀ ਪੰਜਾਬ ਨੂੰ ਫਾਇਦਾ ਹੋਇਆ ਨੁਕਸਾਨ ਹੋਇਆ ਵਾਟਸਐਪ ਚੀਜ਼ਾਂ ਕਈ ਨੇ ਜੀ ਜਿਹੜੀ ਤੁਸੀਂ ਪੰਜਾਬ ਦੀ ਗੱਲ ਕਰਦੇ ਹੋ ਖੈਰ ਇਹਦੇ ਵਿੱਚ ਤਾਂ ਹੁਣ ਅਸਲ ਦੇ ਵਿੱਚ ਅੰਕੜੇ ਚਾਹੀਦੇ ਹੈਗੇ ਆ ਪਰ ਜਿਹੜੀ ਗੱਲ ਤੁਸੀਂ ਸ਼ੁਰੂਆਤ ਦੇ ਵਿੱਚ ਕੀਤੀ ਹੈ ਨਾ ਕਿ ਜਿੱਥੇ ਇੱਕ ਸਮੇਂ ਕੁੜੀਆਂ ਨੂੰ ਕੁਝ ਲੋਕ ਬੋਝ ਵੀ ਮੰਨਦੇ ਸੀਗੇ ਲੋਕਾਂ ਨੂੰ ਡੌਰੀ ਤੱਕ ਦੇਣੀ ਪੈਂਦੀ ਸੀ ਦਾਜ ਦੇਣਾ ਪੈਂਦਾ ਸੀਗਾ ਜਦੋਂ ਰਿਸ਼ਤਾ ਲੱਭਦੇ ਸੀ ਤਾਂ ਉਹਨਾਂ ਨੂੰ ਸਾਰਾ ਕੁਝ ਪਹਿਲਾਂ ਘਰ-ਬਾਰ ਵਧੀਆ ਲੱਭਣਾ ਪੈਂਦਾ ਸੀ ਮੁੰਡਾ ਕੋਈ ਲੱਭਦੇ ਸੀਗੇ ਚ ਐਬ ਵੈਲ ਨਾ ਹੋਵੇ ਤੇ ਨਾਲ ਦੀ ਨਾਲ ਇਹ ਲੱਭਣਾ ਪੈਂਦਾ ਸੀ ਕਿ ਪਰਿਵਾਰ ਲੋਭੀ ਨਾ ਹੋਵੇ ਭਾਈ ਸਾਡੇ ਤੋਂ ਬਹੁਤਾ ਦਾਜ ਨਾ ਮੰਗ ਲਵੇ ਸੋ ਉਹ ਟ੍ਰੈਂਡ ਰੈਪਿਡਲੀ ਚੇਂਜ ਹੋਇਆ ਸੀ ਪਿਛਲੇ 5-6 ਸਾਲਾਂ ਦੇ ਵਿੱਚ ਵੀ ਹੁਣ ਮੁੰਡੇ ਵਾਲੇ ਕੁੜੀ ਲੱਭਣ ਤੁਰਦੇ ਸੀਗੇ ਸਾਨੂੰ ਕੁਝ ਨਹੀਂ ਚਾਹੀਦਾ ਜੀ ਕੁੜੀ ਚਾਹੀਦੀ ਹੈ ਪੜੀ ਲਿਖੀ ਹੋਵੇ ਇੰਗਲਿਸ਼ ਦਾ ਜਿਹੜਾ ਟੈਸਟ ਹੈਗਾ ਆਇਲਸ ਜਿਹਨੂੰ ਕਹਿੰਦੇ ਐ ਬਸ ਉਹ ਪਾਸ ਕਰ ਲੈਂਦੀ ਹੋਵੇ ਖਰਚਾ ਅਸੀਂ ਕਰਾਂਗੇ ਤੇ ਅਸੀਂ ਸਿਲੈਕਟ ਕਰ ਦਿਆਂਗੇ ਕਾਲਜ ਵੀ ਬਾਕੀ ਕੁੜੀ ਦੀ ਮਰਜ਼ੀ ਐ ਸਾਡੀ ਬਸ ਇੰਨੀ ਕੁ ਬੇਨਤੀ ਐ ਕਿ ਸਾਡੇ ਮੁੰਡੇ ਨੂੰ ਉੱਥੇ ਲੈ ਦੇ ਸੋ ਇਹ ਜਿਹੜੇ ਟ੍ਰੈਂਡ ਰਿਵਰਸ ਹੋਏ ਸੀ ਹਾਲਾਂਕਿ ਵਟਸਐਪ ਮੈਂ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰ ਦਿਆਂ ਆਪਾਂ ਵਾਰ-ਵਾਰ ਇਹ ਜ਼ਿਕਰ ਤਾਂ ਕਰ ਰਹੇ ਆ ਕਿ ਕੈਨੇਡਾ ਐਪਲੀਕੇਸ਼ਨਸ ਘਟ ਕਰ ਰਿਹਾ ਤੇ ਲੋਕਾਂ ਦਾ ਮੋਹ ਭੰਗ ਹੋ ਰਿਹਾ ਰੀਸੈਂਟਲੀ ਇਸੇ ਵਿਸ਼ੇ ਦੇ ਉੱਤੇ ਹੋਰ ਕਲੈਰਿਟੀ ਦੇ ਲਈ ਮੈਂ ਇੰਡੀਆ ਦੇ ਵਿੱਚ ਇੱਕ ਦੋ ਆਪਣੇ ਜਾਣਕਾਰ ਇਮੀਗ੍ਰੇਸ਼ਨ ਐਕਸਪਰਟਸ ਸੱਜਣਾ ਉਹ ਕਹਿੰਦੇ ਕਿ ਇਸ ਤਰ੍ਹਾਂ ਕਿ ਆਪ ਜਿਹੜੀਆਂ ਸਿਟੀਆਂ ਆਪਣੇ ਲੋਕਾਂ ਦੇ ਵਿੱਚ क्रेज ਸੀਗਾ ਉਹ ਸਿਟੀਆਂ ਦੇ ਵਿੱਚ ਜ਼ਰੂਰ ਰੋਕ ਲੱਗੀ ਹੈ ਪਰ ਫਿਰ ਵੀ ਜਿਹੜੇ ਸਟੂਡੈਂਟਸ ਜਾਣ ਦੀ ਇੱਛਕ ਹੈਗੇ ਐ ਤੇ ਉਹਨਾਂ ਨੂੰ ਅਸੀਂ ਹੋਰ ਜਿਹੜੀਆਂ ਪ੍ਰੋਵਿੰਸਸ ਹੈਗੀਆਂ ਕੈਨੇਡਾ ਦੀਆਂ ਉਹ ਸੁਜੈਸਟ ਕਰਦੇ ਆ ਤੇ ਇਹ ਵੀ ਹੈ ਕਿ ਜਿਹੜੀਆਂ ਅਸੀਂ ਪ੍ਰੋਵਿੰਸਸ ਸੁਜੈਸਟ ਕਰਦੇ ਆ ਉੱਥੇ ਜਾ ਕੇ ਉਹਨਾਂ ਨੂੰ ਵਰਕ ਪਰਮਿਟ ਵੀ ਮਿਲੂਗਾ ਉਹਨਾਂ ਨੂੰ ਪੀਆਰ ਵੀ ਮਿਲਦੀ ਹੈ ਤੇ ਬਾਅਦ ਵਿੱਚ ਜਦੋਂ ਆਪਾਂ ਆਨਲਾਈਨ ਦੇਖਿਆ ਆਪਾਂ ਕੱਲ ਪਰਸੋ ਖਬਰ ਵੀ ਕੀਤੀ ਸੀਗੀ ਕਿ ਕਿਊਬੈਕ ਤੇ অন্ਟਾਰੀਓ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਛਕ ਖਿੱਚੇ ਤੁਰੇ ਆਉਂਦੇ ਆ ਜਿਵੇਂ ਚੁੰਬਕ ਖਿੱਚਦਾ ਪਰ ਕੁਝ ਹੋਰ ਪ੍ਰੋਵਿੰਸਸ ਆ ਜਿੱਥੇ ਸੱਚ ਵਿੱਚ ਕੈਨੇਡਾ ਨੂੰ ਪੋਪੂਲੇਸ਼ਨ ਇਨਕਰੀਜ਼ ਕਰਨ ਦੀ ਲੋੜ ਹੈਗੀ ਹੈ ਉੱਥੇ ਅਜੇ ਵੀ ਬ੍ਰਾਂਟਸਾਪ 5:00 ਵਜੇ ਐਪਲੀਕੇਸ਼ਨ ਐਕਸੈਪਟ ਕਰਦੇ ਆ ਉਹ ਗੱਲ ਵੱਖਰੀ ਹੈ ਕਿ ਇਹਨਾਂ ਨੇ ਇੱਕ ਨੰਬਰ ਸਿਲੈਕਟ ਕਰ ਲਿਆ ਹੋਇਆ ਤੇ ਉਸ ਨੰਬਰ ਤੋਂ ਉੱਪਰ ਇਹਨਾਂ ਨੇ ਹੁਣ ਐਪਲੀਕੇਸ਼ਨਸ ਨਹੀਂ ਲੈਣੀਆਂ ਹੈਗੀਆਂ ਉਹਨਾਂ ਨੇ ਜਿਵੇਂ ਨੋਵਾ ਸਕੋਸ਼ੀਆ ਦਾ ਜ਼ਿਕਰ ਕੀਤਾ ਸੀਗਾ ਨਿਊ ਬਰਨਜ਼ਵਿਕ ਦਾ ਜ਼ਿਕਰ ਕੀਤਾ ਸੀਗਾ ਪ੍ਰਿੰਸ ਐਡਵਰਡ ਦਾ ਜ਼ਿਕਰ ਕੀਤਾ ਸੀ ਉਹ ਕਹਿੰਦੇ ਕਿ ਇਹ ਥਾਵ ਕਿ ਜਿੱਥੇ ਜੇ ਬੱਚੇ ਕਿਸੇ ਨੂੰ ਤੰਗੀ ਦਿੱਕਤ ਆਉਂਦੀ ਹੈ ਤੇ ਉਹ ਆਪਣੀ ਰਿਸਰਚ ਕਰਕੇ ਆਪਣੇ ਫੈਕਟ ਇਕੱਠੇ ਕਰਕੇ ਉਥੋਂ ਦੇ ਬਾਰੇ ਮੂਵ ਹੋਣ ਬਾਰੇ ਸੋਚ ਸਕਦਾ ਜੀ ਦੇਖੋ ਜੀ ਅਗਲੀ ਗੱਲ ਅਗਲੀ ਗੱਲ ਇਹ ਵੀ ਹੈ ਨਾ ਮੈਂ ਇੱਕ ਨਾ ਕਈ ਚੀਜ਼ਾਂ ਜਿਹਦੋਂ ਆਪਾਂ ਸੁਣਦੇ ਆਂ ਬੰਦਾ ਦੂਸਰੇ ਦੇਸ਼ ਤਾਂ ਜਾਂਦਾ ਜਦੋਂ ਆਪਦੇ ਦੇਸ਼ ਦੇ ਵਿੱਚ ਉਹਨੂੰ 50% ਤੋਂ ਵੀ ਘੱਟ ਸੈਟੀਸਫਾਈ ਵਾਲੀ ਕੋਈ ਜੌਬ ਨਹੀਂ ਮਿਲਦੀ ਮਨ ਕੇ ਚੱਲੋ ਵੀ ਬੰਦੇ ਨੂੰ ਇੰਡੀਆ ਦੇ ਵਿੱਚ ਜੇ ਕਿਸੇ ਨੂੰ 50 ਹਜ਼ਾਰ ਦੀ ਜੌਬ ਜਾਂ 25 ਹਜ਼ਾਰ ਦੀ ਜੌਬ ਮਿਲਦੀ ਆ ਬਾਹਰੋਂ ਉਹਨੂੰ ਲੱਖ ਰੁਪਈਆ ਮਿਲਦਾ ਤਾਂ ਬੰਦਾ ਇੰਡੀਆ ਰਹਿ ਕੇ ਕਰ ਲੂਗਾ ਅਗਲਾਕੂਗਾ ਵੀ ਇੱਥੇ ਘਰੇ ਆ ਤੇ ਚੀਜ਼ਾਂ ਵੀ ਸਸਤੀਆਂ ਹੈਗੀਆਂ ਕੀ ਜਿਵੇਂ ਹੁਣ ਹਾਲਾਤ ਉੱਥੇ ਚੇਂਜ ਹੋ ਗਏ ਕੈਨੇਡਾ ਦੇ ਵਿੱਚ ਹੁਣ ਉੱਥੇ ਜਿੰਨੇ ਪੈਸੇ ਪਹਿਲਾਂ ਬਣਦੇ ਹੁਣ ਆ ਮੰਨ ਕੇ ਚੱਲੋ ਬੰਦਾ ਵੈਸੇ ਆਪਾਂ ਮੰਨ ਲੈਨੇ ਵੀ ਲੱਖ ਰੁਪਈਆ ਜੇ ਇੰਡੀਆ ਦਾ ਕਮਾ ਲੈਂਦਾ ਹੁਣ ਕੈਨੇਡਾ ਰਹਿ ਕੇ ਤੇ ਇੰਡੀਆ 'ਚ 20 ਹਜ਼ਾਰ ਨਹੀਂ ਬਣਦਾ ਫੇਰ ਕਿੱਲਾ ਜਾਂਦਾ ਸੀਗਾ ਉਹ ਜਿਹੜਾ ਡਿਫਰੈਂਸ ਹੈਗਾ ਕਮਾ ਜੇ ਉਹ ਘਟ ਗਿਆ ਤਾਂ ਫਿਰ ਕੀ ਜਿਹੜੇ ਆਪਣੇ ਇੰਡੀਆ ਵਾਲੇ ਦੇਖ ਕੇ ਇੰਡੀਆ 'ਚ ਹੀ ਪੈਸੇ ਕਮਾ ਸਕਣਗੇ ਕੀ ਇਹੋ ਜਿਹਾ ਦੌਰ ਵੀ ਆਊਗਾ ਵੀ ਅਗਲਾ ਪਰ ਇਹ ਜੇ ਕਰਿਆ ਕਰੂਗਾ ਕੀ ਕਰਨਾ ਯਾਰ ਇੰਨੇ ਪੈਸੇ ਤਾਂ ਇੱਥੇ ਵੀ ਬਣ ਜਾਂਦੇ ਆ ਇਹ ਤਾਂ ਗੱਲ ਬਰਟਸ ਬੜੀ ਸੁਭਾਵਕ ਆ ਜਿਵੇਂ ਤੁਸੀਂ ਦੱਸ ਦਿੱਤਾ ਨਾ ਕਿ 1/4 ਜੇ ਕੋਈ ਬੰਦਾ ਬਾਹਰ ਕਿਤੇ ਜਾ ਕੇ ਬਹੁਤ ਜਦੀ ਸਟਰਗਲ ਕਰਕੇ 1 ਲੱਖ ਰੁਪਇਆ ਬਣਾਉਂਦਾ ਤੇ ਉਹਦੇ ਬਦਲੇ ਜੇ ਇੰਡੀਆ ਦੇ ਵਿੱਚ ਉਹਦਾ 20-25 ਹਜ਼ਾਰ ਰੁਪਇਆ ਬਣ ਰਿਹਾ ਹੈ ਤਾਂ ਅਗਲਾ ਸੈਟੀਸਫਾਈਡ ਰਹੂਗਾ ਇੰਡੀਆ ਦੇ ਵਿੱਚ ਰਹਿ ਕੇ ਦਿੱਕਤ ਉਦੋਂ ਆ ਜਦੋਂ ਅਗਲੇ ਨੂੰ ਇਹ ਲੱਗਦਾ ਕਿ ਯਾਰ ਬੱਚੀ ਆਰ ਦੀ ਜੌਬ ਵੇ ਲਈ ਹੈ ਪਤਾ ਨਹੀਂ ਮੇਰੀ 2-4 ਮਹੀਨੇ ਚੱਲਣੀ ਵੀਆਂ ਕਿ ਨਹੀਂ ਫਾਇਰ ਨਾ ਕਰ ਦੇਣ ਤੇ ਜਾਂ ਫਿਰ ਮੈਥੋਂ ਸਸਤਾ ਕੋਈ ਇੱਥੇ ਕੰਮ ਵਾਲਾ ਨਾ ਆ ਜਾਈ ਇਹਦੇ ਨਾਲ ਬਿਹਤਰ ਹੈ ਕਿ ਆਪਣੇ ਬਾਹਰ ਚੱਲੋ ਤੇ ਬੜੀ ਸੁਭਾਵਿਕ ਗੱਲ ਆ ਜਦੋਂ ਇਹ ਗੈਪ ਆ ਜਿਹੜਾ ਜੇ ਘਟਦਾ ਗਿਆ ਲਗਾਤਾਰ ਤਾਂ ਲੋਕਾਂ ਦਾ ਜਿਹੜਾ ਬਾਹਰ ਜਾਂਦਾ ਇਸ ਵੇਲੇ ਕਰੀਜ਼ ਹੈ ਉਹ ਫਿਰ ਘਟਨਾ ਹੀ ਘਟਨਾ ਕਿਉਂਕਿ ਅਗਲੇ ਨੂੰ ਇਹ ਆ ਇੱਕ ਤਾਂ ਭਾਈ ਮੈਂ ਘਰ ਛੱਡਾਂ ਆਪਣੇ ਮਾਪੇ ਛੱਡਾਂ ਰਿਸ਼ਤੇਦਾਰ ਛੱਡਾਂ ਮਿੱਤਰ ਛੱਡਾਂ ਨਵਾਂ ਕਲਚਰ ਮੈਂ ਜਾ ਕੇ ਐਡਾਪਟ ਕਰਨਾ ਹੈ ਨਵੀਆਂ এনवायरमेंटਲ ਕੰਡੀਸ਼ਨਸ ਮੈਂ ਐਡਾਪਟ ਕਰਨੀਆਂ ਹੈ ਤੇ ਫਿਰ ਮੈਨੂੰ ਕੀ ਲੋਡ ਆ ਕੁਝ ਲੋਕ ਤਾਂ ਬੜਾ ਸੋ ਬੇਸ ਚੀਜ਼ ਨੂੰ ਬਹੁਤ ਰਿਸਕੀ ਵੀ ਗਿੰਦੇ ਆ ਈਵਨ ਕੁਝ ਪਰਿਵਾਰ ਅਜੇ ਵੀ ਇਹੋ ਜਿਹੇ ਹੈਗੇ ਆ ਜਿਹੜੇ ਕਹਿੰਦੇ ਕਿ ਬਾਈ ਪਲੇਨ ਜੇ ਕੋਈ ਬੱਚਾ ਟਰੈਵਲ ਕਰਦਾ ਕਿਉਂਕਿ ਪਲੇਨ ਦੇ ਵਿੱਚ ਕਹਿੰਦੇ ਨਾ ਕਿ ਇੱਕ ਪੋਸਿਬਿਲਟੀ 50 50 ਹੈ ਹਾਲਾਂਕਿ ਬਹੁਤ ਘੱਟ ਹੈਗਾ ਫੇਲਿਅਰ ਰੇਟ ਖੈਰ ਜਿਹੜੀ ਆਪਾਂ ਜਿਸ ਵਿਸ਼ੇ ਤੇ ਗੱਲ ਕਰ ਰਹੇ ਸੀਗੇ ਕਿ ਜੇ ਇਹ ਗੈਪ ਘਟਦਾ ਤਾਂ ਡੈਫੀਨੇਟਲੀ ਕੋਈ ਪੇਰੈਂਟਸ ਵੀ ਇਦਾਂ ਦਾ ਨਹੀਂ ਸੋਚਣਗੇ ਕਿ ਇੰਨੀ ਮੋਟੀ ਇਨਵੈਸਟਮੈਂਟ ਕੀਤੀ ਜਾਵੇ ਤੇ ਬਾਅਦ ਵਿੱਚ ਜਿਹੜਾ ਹੈਗਾ ਘੱਟ ਕਮਾਈ ਦੇ ਲਈ ਬੱਚੇ ਨੂੰ ਤੋਰੀਏ ਹੁਣ ਇਹੀ ਕਾਰਨ ਹੈ ਜੇ ਆਪਾਂ ਕੈਨੇਡਾ ਤੇ ਯੂਐਸ ਦਾ ਕੰਪੈਰੀਜ਼ਨ ਕਰੀਏ ਕਿਉਂਕਿ ਇੱਥੇ ਕਾਫੀ ਕਮਾਈਆਂ ਦਾ ਫਰਕ ਹੈਗਾ ਸੋ ਪੇਰੈਂਟਸ ਦਾ ਬ੍ਰੇਨ ਤੱਕ ਵਾਸ਼ ਕਰ ਦਿੰਦੇ ਆ ਕਈ ਵਾਰੀ ਬੱਚੇ ਕਿ ਮੈਂ ਇੱਕ ਸਖਤ ਰੂਟ ਲੈ ਸਕਦਾ ਮੈਂ ਇੱਕ ਔਖਾ ਰਸਤਾ ਲੈ ਸਕਦਾ ਉੱਥੇ ਜਾ ਕੇ ਅਰੈਸਟ ਹੋਣ ਦੇ ਵੀ ਲਈ ਵੀ ਰੈਡੀ ਹਾਂ ਪਰ ਮੈਂ ਅਨਸਰਟੀਨਿਟੀ ਦੇ ਵਿੱਚ ਨਹੀਂ ਰਹਿ ਸਕਦਾ ਇਹ ਕਲੀਅਰ ਹੈ ਜੇ ਮੈਂ ਯੂ ਐਸ ਏ ਪਹੁੰਚ ਗਿਆ ਤਾਂ ਮੈਂ ਥੋੜੇ ਸਮੇਂ ਬਾਅਦ ਕਮਾਈ ਕਰਨ ਲੱਗ ਪੂੰਗਾ ਤੇ ਦੂਜੇ ਪਾਸੇ ਜੇ ਮੈਂ ਕੈਨੇਡਾ ਪਹੁੰਚਦਾ ਤਾਂ ਮੈਨੂੰ ਪਹਿਲਾਂ ਸਟੱਡੀ ਪਰਮਿਟ ਤੇ ਉੱਥੇ ਸਟੱਡੀ ਕਰਨੀ ਪਊਗੀ ਫਿਰ ਵਰਕ ਪਰਮਿਟ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ ਆ ਮੈਨੂੰ ਵਕੀਲਾਂ ਦੇ ਖਰਚੇ ਵੀ ਚੱਲਣੇ ਪੈਣਗੇ ਸੋ ਇਹਦੇ ਨਾਲੋਂ ਬਿਹਤਰ ਹੀ ਹੈ ਕਿ ਜੇ ਵਕੀਲਾਂ ਦੇ ਖਰਚੇ ਹੀ ਚੱਲਣੇ ਆ ਤਾਂ ਮੈਂ ਕਿਉਂ ਨਾ ਯੂ ਐਸ ਏ ਜਾ ਕੇ ਚੱਲਾਂ ਜਿਹੜੀ ਆ ਪਾਇਦਨ ਬ੍ਰਾਡਸਾਪ ਗੱਲ ਕਰਦੇ ਆ ਨਾ ਕਿ ਯੂ ਐਸ ਨੂੰ ਜਾਣ ਵਾਲੇ ਲੋਕਾਂ ਦੀ ਜਿਹੜੀ ਗਿਣਤੀ ਆ ਵਧ ਗਈ ਹੈ ਫੁਲਾਣੇ ਮਹੀਨੇ ਨਾਲੋਂ 13 ਗੁਣਾ ਵਧ ਗਈ ਹੈ ਫੁਲਾਣੇ ਨਾਲੋਂ 10 ਉਹਦਾ ਇੱਕ ਕਾਰਨ ਵੀ ਇਹੀ ਹੈ